नगर कीर्तन दे विच हाजरियां लवा रही गुरु प्यारी ग्रुप सत संगत जीओ पड़ावर पड़ा हुंदा है नगर कीर्तन पति गरेवाल विखे पहुंच चुकिया है आओ समा सीमित है पातशाह जी दी वडियाई करन तो पहला गुरु महाराज जी दी कुलो लिए इजाजत रसना नु करिए पवित्र गज के आखो जी वाहिगुरु जी का खालसा वाहिगुरु जी की फतेह। ਢਾਡੀ ਸਿੰਘਾਂ ਦੇ ਪਾਸੋਂ ਅਮਰਤੀ ਸ਼ਕਤੀ ਦਾ ਇਤਿਹਾਸ ਤੁਸੀਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ ਜਿਸ ਸਿੱਖ ਨੇ ਅਮਰਤ ਛਕਿਆ ਉਹਨੇ ਮੈਦਾਨੇ ਜੰਗ ਦੇ ਵਿੱਚ ਜਾ ਕੇ ਦੇਖੋ ਹਾਥੀ ਦਾ ਮੁਕਾਬਲਾ ਕਿਵੇਂ ਕੀਤਾ ਦੁਨੀ ਚੰਦ ਕਮਜ਼ੋਰ ਨਿਕਲਿਆ ਤੇ ਕਮਜ਼ੋਰਾਂ ਦੀਆਂ ਕਦੇ ਵਾਰਾਂ ਨਹੀਂ ਗਈਆਂ ਜਾਂਦੀਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਰੇ ਜਾ ਰਹੇ ਸਨ ਇੱਕ ਫਕੀਰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਲ ਤੱਕ ਕੇ ਕਿਹਾ ਨਾ ਡੱਲਾ ਨਾ ਮੱਲਾ गुरु गोबिंद सिंह कल्ला सतगुरु गुरु गोबिंद सिंह जी महाराज जी कुछ नहीं बोले ओ फकीर ने फिर किया कहता ना डल्ला ना मल्ला गुरु रह गया कल्ला सतगुरु गुरु गोबिंद सिंह जी महाराज ने फिर उन्हें जवाब दिता कहते ना डल्ला ना मल्ला ना गुरु गोबिंद सिंह कल्ला गुरु गोबिंद दे नाल सदा ही अल्लाह ओ फकीर समझ गया ਕਿ ਇਹ ਕੋਈ ਕਾਬਲੇ ਫਕੀਰ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਫਕੀਰ ਕਹਿਣ ਲੱਗਾ ਮਹਾਰਾਜ ਤੁਸੀਂ ਬੜੇ ਧਰਮੋਹੇ ਹੋ ਮਹਾਰਾਜ ਕਹਿੰਦੇ ਤੂੰ ਕੈਸੀ ਗੱਲ ਕਰ ਦਿੱਤੀ ਕਿਹੜੀ ਸਾਡੀ ਨਰਮੋਹੀ ਦੇਖੀ ਕਹਿੰਦਾ ਮਹਾਰਾਜ ਤੁਸੀਂ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਆ ਗਏ ਤੁਹਾਨੂੰ ਪਿਆਰ ਕਿਹਦੇ ਨਾਲ ਹੈ ਇੱਕ ਪਿਓ ਦੇ ਸਾਹਮਣੇ ਪੁੱਤਾਂ ਤੋਂ ਪਿਆਰੇ ਉੱਥੇ ਸਿੱਖ ਸ਼ਹੀਦ ਹੋਏ ਪਏ ਹੋਣ ਤੇ ਤੁਸੀਂ ਉਵੇਂ ਹੀ ਤੁਰੇ ਆਏ ਕਿਹਦੇ ਨਾਲ ਪਿਆਰ ਹੈ ਤੁਹਾਨੂੰ ਕਿਹਦੇ ਨਾਲ ਪਿਆਰ ਤੈਨੂੰ ਦਸੀ ਦਸ਼ਵੇਸ਼ ਪਿਤਾ ਜੋੜ ਕੇ ਫਕੀਰ ਹੱਥ ਅਰਜਾਂ ਗੁਜ਼ਾਰਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਬਸਾਰਦਾ ਕਹਿਰ ਦਸ਼ਵੇਸ਼ ਪਿਤਾ ਹੱਸ ਕੇ ਫਕੀਰ ਨਾਈ ਅਮਰਤ ਪਿਆਰਾ ਸਾਨੂੰ ਖੰਡੇ ਵਾਲੀ ਧਾਰਦਾ ਮਹਾਰਾਜ ਕਹਿੰਦੇ ਸਾਨੂੰ ਜੇਕਰ ਪਿਆਰ ਹੈ ਤਾਂ ਉਹ ਪਿਆਰ ਕੇਵਲ ਅਮਰਤ ਦੇ ਨਾਲ ਹੈ ਆ ਤੱਕੋ ਅਮਰਤ ਦੀ ਸ਼ਕਤੀ ਨੇ ਫਿਰ ਚਮਕੌਰ ਦੀ ਘੜੀ ਦੇ ਵਿੱਚ ਕਿਵੇਂ ਰੰਗ ਦਿਖਾਏ ਜਿਹੜਾ ਵੀ ਇੱਕ ਕਤਰਾ ਇਸ ਅਮਰਤ ਦਾ ਪੀ ਲੈਂਦਾ ਹੈ ਨਾ ਛਕ ਲੈਂਦਾ ਉਹ ਮੈਦਾਨੇ ਜੰਗ ਦੇ ਵਿੱਚ ਜਾ ਕੇ ਫਿਰ ਦੇਖੋ ਕਿਵੇਂ ਭੜਤੂ ਪਾਉਂਦਾ ਹੈ ਗੁਰਦੇਵ ਪਾਤਸ਼ਾਹ ਸੱਚੀ ਸਰਕਾਰ ਦੇ ਕੋਲੋਂ ਸਿੱਖ ਥਾਪੜਾ ਲੈ ਕੇ ਜਾ ਰਹੇ ਨੇ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦਾ ਟੱਕਰਾ ਕਰ ਰਿਹਾ ਪਾ ਕੇ ਗਲ ਦੇ ਵਿੱਚ ਪੱਲਾ ਜੋੜ ਕੇ ਹੱਥ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਮੁੱਠ ਫਟ ਕਬਰੂ ਜ਼ਬਾਨ ਮਹਾਰਾਜ ਨੇ ਕਹਿੰਦੇ ਮਹਾਰਾਜ ਮੈਨੂੰ ਮੈਦਾਨੇ ਜੰਗ ਦੇ ਵਿੱਚ ਜਾਣ ਦੀ ਆਗਿਆ ਬਖਸ਼ਿਸ਼ ਕਰੋ ਹੱਥ ਜੋੜ ਕੇ ਅਰਜ਼ੀ ਕੀਤੀ ਆਗਿਆ ਦੇਵੋ ਪਿਤਾ ਜੀ ਮੈਂ ਜੰਗ ਨੂੰ ਜਾਵਾਂ ਕਰ ਪੈਰੀ ਤੇ ਟੱਕਰੇ ਇਲਾਂ ਨੂੰ ਬਾਵਾ ਲੋਕ ਵਿਆਹ ਦੇ ਨਾਰੀਆਂ ਮੈਂ ਮੌਤ ਵਿਆਵਾਂ ਪਟਨਾ ਵੱਲ ਕੇ ਖੂਨ ਦਾ ਰੱਜ ਰੱਜ ਕੇ ਨਾਵਾਂ ਮੈਂ ਉੱਚਾ ਕਰਨਾ ਜੱਗ ਦੇ ਦਾਦੇ ਦਾ ਨਾਵਾਂ ਮੇਰਾ ਨਾਮ ਅਜੀਤ ਸਿੰਘ ਪੰਛੀਆ ਜਿੱਤਿਆਂ ਨਾਲ ਜਾਵਾਂ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਆ ਤੱਕਿਆ ਜਰਾ ਸਤਿਗੁਰੂ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਥਾਪੜਾ ਹੋ ਕੇ ਘੋੜੇ ਦੇ ਉੱਤੇ ਅਸਵਾਰ ਆ ਗਿਆ ਮੈਦਾਨੇ ਜੰਗ ਦੇ ਵਿੱਚ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਪੜਿਆ ਸ਼ਬਦ ਧਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਜਗ ਮੈਂ ਜੁਗ ਵਿਚਾਰੈ ਦੇਹ ਅਨੰਤਣਾ ਨੰਦਰ ਹੈ ਜਸ ਨਾਮ ਚੜੇ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਹੈ ਤਨ ਬੁੱਧ ਸੇ ਦੀਪਕ ਜਾ ਉਜਿਆਰੈ ਜਾਨੇ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕਤਵਾਰ ਬਹਾਰੇ ਮੈਦਾਨੇ ਜੰਗ ਦੇ ਵਿੱਚ ਆਪਣੀ ਤਲਵਾਰ ਦੇ ਜੋਹਰ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਹੋ ਯਾਦ ਕਰੇ ਨੇ ਪਿਤਾ ਨੂੰ ਬੁਲਾ ਕੇ ਆਖਰੀ
बड़े प्यार दे नाल गुरुद्वारा साहिब विखे पहुंच के सारिया सिख संगतां ने हाजरियां लगाउणियां ते वध तों वध लाही प्राप्त करने हन। आओ जी आने वाला समा प्यार दे नाल करो सरवण, गज के आखो जी वाहिगुरु जी का खालसा।